ਪਰਸੋਂ 112 'ਤੇ ਕਾਲ ਕੀਤੀ ਸੀ ਪਿੰਡ ਸੰਘੇੜਾ ਦੀ ਲੇਡੀਜ਼ ਵੱਲੋਂ ਕਿ ਉਹਨਾਂ ਦੀ 14 ਸਾਲ ਦੀ ਲੜਕੀ ਨਾਲ ਕਿਸੇ ਵਿਅਕਤੀ ਵੱਲੋਂ ਸੰਘੇੜਾ ਪਿੰਡ ਦੀ ਰਹਿਣ ਵਾਲਾ ਉਹਦੇ ਵੱਲੋਂ ਕੋਈ ਛੇੜਛਾੜ ਕੀਤੀ ਗਈ, ਉਹਦੇ ਨਾਲ ਕੋਈ ਜਵਜਨਾ ਹੋਇਆ ਅਤੇ ਉਹ ਲੜਕੀ ਜਿਹੜੀ ਹਸਪਤਾਲ ਸਰਕਾਰੀ ਹਸਪਤਾਲ ਬਰਨਾਲਾ ਐਡਮਿਟ ਵੀ ਹੋ ਗਈ ਸੀ, ਜਿੱਥੇ ਕੱਲ੍ਹ ਅਸੀਂ ਉਹਦਾ ਬਿਆਨ ਸਾਡੇ ਲੇਡੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਲਿਖਿਆ ਗਿਆ। ਬਿਆਨ ਲਿਖ ਕੇ ਅਸੀਂ ਦੋਸ਼ੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਅਤੇ ਲੜਕੀ ਦਾ ਅੱਜ ਮੈਡੀਕਲ ਕਰਵਾਇਆ ਜਾ ਰਿਹਾ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਬਿਆਨ ਵੀ ਕਰਵਾਇਆ ਜਾਊਗਾ ਅਤੇ ਅੱਜ ਹੀ ਅਸੀਂ ਉਸ ਕੇਸ ਦੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜਿਹਨੂੰ ਅਸੀਂ ਕੱਲ੍ਹ ਪੇਸ਼ ਅਦਾਲਤ ਕਰਾਂਗੇ। ਲੜਕੀ ਦੇ ਬਿਆਨ ਦੇ ਆਧਾਰ 'ਤੇ 376 ਅਤੇ ਧਾਰਾ 6 ਪੋਕਸੋ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਹਦਾ ਜਿਹੜਾ ਅੱਜ ਮੈਡੀਕਲ ਕਰਾ ਕੇ ਅੱਗੇ ਪੇਸ਼ ਕਰਾਂਗੇ। ਪਰਸੋਂ 112 'ਤੇ ਕਾਲ ਕੀਤੀ ਸੀ ਪਿੰਡ ਸੰਘੇੜਾ ਦੀ ਲੇਡੀਜ਼ ਵੱਲੋਂ ਕਿ ਉਹਨਾਂ ਦੀ 14 ਸਾਲ ਦੀ ਲੜਕੀ ਨਾਲ ਕਿਸੇ ਵਿਅਕਤੀ ਵੱਲੋਂ ਸੰਘੇੜਾ ਪਿੰਡ ਦੀ ਰਹਿਣ ਵਾਲਾ ਉਹਦੇ ਵੱਲੋਂ ਕੋਈ ਛੇੜਛਾੜ ਕੀਤੀ ਗਈ, ਉਹਦੇ ਨਾਲ ਕੋਈ ਜਵਜਨਾ ਹੋਇਆ ਅਤੇ ਉਹ ਲੜਕੀ ਜਿਹੜੀ ਹਸਪਤਾਲ ਸਰਕਾਰੀ ਹਸਪਤਾਲ ਬਰਨਾਲਾ ਐਡਮਿਟ ਵੀ ਹੋ ਗਈ ਸੀ, ਜਿੱਥੇ ਕੱਲ੍ਹ ਅਸੀਂ ਉਹਦਾ ਬਿਆਨ ਸਾਡੇ ਲੇਡੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਲਿਖਿਆ ਗਿਆ। ਬਿਆਨ ਲਿਖ ਕੇ ਅਸੀਂ ਦੋਸ਼ੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਅਤੇ ਲੜਕੀ ਦਾ ਅੱਜ ਮੈਡੀਕਲ ਕਰਵਾਇਆ ਜਾ ਰਿਹਾ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਬਿਆਨ ਵੀ ਕਰਵਾਇਆ ਜਾਊਗਾ ਅਤੇ ਅੱਜ ਹੀ ਅਸੀਂ ਉਸ ਕੇਸ ਦੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜਿਹਨੂੰ ਅਸੀਂ ਕੱਲ੍ਹ ਪੇਸ਼ ਅਦਾਲਤ ਕਰਾਂਗੇ। ਲੜਕੀ ਦੇ ਬਿਆਨ ਦੇ ਆਧਾਰ 'ਤੇ 376 ਅਤੇ ਧਾਰਾ 6 ਪੋਕਸੋ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਹਦਾ ਜਿਹੜਾ ਅੱਜ ਮੈਡੀਕਲ ਕਰਾ ਕੇ ਅੱਗੇ ਪੇਸ਼ ਕਰਾਂਗੇ। ਪਰਸੋਂ 112 'ਤੇ ਕਾਲ ਕੀਤੀ ਸੀ ਪਿੰਡ ਸੰਘੇੜਾ ਦੀ ਲੇਡੀਜ਼ ਵੱਲੋਂ ਕਿ ਉਹਨਾਂ ਦੀ 14 ਸਾਲ ਦੀ ਲੜਕੀ ਨਾਲ ਕਿਸੇ ਵਿਅਕਤੀ ਵੱਲੋਂ ਸੰਘੇੜਾ ਪਿੰਡ ਦੀ ਰਹਿਣ ਵਾਲਾ ਉਹਦੇ ਵੱਲੋਂ ਕੋਈ ਛੇੜਛਾੜ ਕੀਤੀ ਗਈ, ਉਹਦੇ ਨਾਲ ਕੋਈ ਜਵਜਨਾ ਹੋਇਆ ਅਤੇ ਉਹ ਲੜਕੀ ਜਿਹੜੀ ਹਸਪਤਾਲ ਸਰਕਾਰੀ ਹਸਪਤਾਲ ਬਰਨਾਲਾ ਐਡਮਿਟ ਵੀ ਹੋ ਗਈ ਸੀ, ਜਿੱਥੇ ਕੱਲ੍ਹ ਅਸੀਂ ਉਹਦਾ ਬਿਆਨ ਸਾਡੇ ਲੇਡੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਲਿਖਿਆ ਗਿਆ। ਬਿਆਨ ਲਿਖ ਕੇ ਅਸੀਂ ਦੋਸ਼ੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਅਤੇ ਲੜਕੀ ਦਾ ਅੱਜ ਮੈਡੀਕਲ ਕਰਵਾਇਆ ਜਾ ਰਿਹਾ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਬਿਆਨ ਵੀ ਕਰਵਾਇਆ ਜਾਊਗਾ ਅਤੇ ਅੱਜ ਹੀ ਅਸੀਂ ਉਸ ਕੇਸ ਦੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜਿਹਨੂੰ ਅਸੀਂ ਕੱਲ੍ਹ ਪੇਸ਼ ਅਦਾਲਤ ਕਰਾਂਗੇ। ਲੜਕੀ ਦੇ ਬਿਆਨ ਦੇ ਆਧਾਰ 'ਤੇ 376 ਅਤੇ ਧਾਰਾ 6 ਪੋਕਸੋ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਹਦਾ ਜਿਹੜਾ ਅੱਜ ਮੈਡੀਕਲ ਕਰਾ ਕੇ ਅੱਗੇ ਪੇਸ਼ ਕਰਾਂਗੇ। ਪਰਸੋਂ 112 'ਤੇ ਕਾਲ ਕੀਤੀ ਸੀ ਪਿੰਡ ਸੰਘੇੜਾ ਦੀ ਲੇਡੀਜ਼ ਵੱਲੋਂ ਕਿ ਉਹਨਾਂ ਦੀ 14 ਸਾਲ ਦੀ ਲੜਕੀ ਨਾਲ ਕਿਸੇ ਵਿਅਕਤੀ ਵੱਲੋਂ ਸੰਘੇੜਾ ਪਿੰਡ ਦੀ ਰਹਿਣ ਵਾਲਾ ਉਹਦੇ ਵੱਲੋਂ ਕੋਈ ਛੇੜਛਾੜ ਕੀਤੀ ਗਈ, ਉਹਦੇ ਨਾਲ ਕੋਈ ਜਵਜਨਾ ਹੋਇਆ ਅਤੇ ਉਹ ਲੜਕੀ ਜਿਹੜੀ ਹਸਪਤਾਲ ਸਰਕਾਰੀ ਹਸਪਤਾਲ ਬਰਨਾਲਾ ਐਡਮਿਟ ਵੀ ਹੋ ਗਈ ਸੀ, ਜਿੱਥੇ ਕੱਲ੍ਹ ਅਸੀਂ ਉਹਦਾ ਬਿਆਨ ਸਾਡੇ ਲੇਡੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਲਿਖਿਆ ਗਿਆ। ਬਿਆਨ ਲਿਖ ਕੇ ਅਸੀਂ ਦੋਸ਼ੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਅਤੇ ਲੜਕੀ ਦਾ ਅੱਜ ਮੈਡੀਕਲ ਕਰਵਾਇਆ ਜਾ ਰਿਹਾ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਬਿਆਨ ਵੀ ਕਰਵਾਇਆ ਜਾਊਗਾ ਅਤੇ ਅੱਜ ਹੀ ਅਸੀਂ ਉਸ ਕੇਸ ਦੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ, ਜਿਹਨੂੰ ਅਸੀਂ ਕੱਲ੍ਹ ਪੇਸ਼ ਅਦਾਲਤ ਕਰਾਂਗੇ। ਲੜਕੀ ਦੇ ਬਿਆਨ ਦੇ ਆਧਾਰ 'ਤੇ 376 ਅਤੇ ਧਾਰਾ 6 ਪੋਕਸੋ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਹਦਾ ਜਿਹੜਾ ਅੱਜ ਮੈਡੀਕਲ ਕਰਾ ਕੇ ਪੇਸ਼ ਕਰਾਂਗੇ।